ਦਾ ਸ਼ਿੰਗਾਰ ਪਿਆ ਦਾ ਇਹ ਵੰਗਾ ਨੇ ਦਾਤੀਆਂ ਦਾ ਇਹ ਵੰਗਾ ਸ਼ਿੰਗਾਰ ਪਿਆ ਦਾ ਇਹ ਵੰਗਾ ਨੇ ਦਾਤੀਆਂ ਦਾ ਵਿੱਚ ਸ਼ਗਨਾ ਦੇ ਚਾਈ ਚਾਈ ਵਿੱਚ ਸ਼ਗਨਾ ਦੇ ਚਾਈ ਚਾਈ ਮੈਂ ਬਾਬਲ ਤੋਂ ਬੇਟਾ ਤੈਨੂੰ ਮੈਂ ਕੀ ਹੋ ਰਿਹਾ ਕੀ ਹੋ ਰਿਹਾ ਤੇਰੀ ਮੰਗਣੀ ਹੋ ਰਹੀ ਹੈ ਭਾਈ ਪਰ ਪਿੰਕੀ ਨਾਲ ਕਿਉਂ ਪ੍ਰੀਤ ਨਾਲ ਕਿਉਂ ਨਹੀਂ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਕੀ ਬਕਵਾਸ ਕਰ ਰਹੇ ਤੋ ਮੈਂ ਬਕਵਾਸ ਨਹੀਂ ਕਰ ਰਿਹਾ ਮੰਮਾ ਮੈਂ ਪਿੰਕੀ ਨੂੰ ਨਹੀਂ ਪ੍ਰੀਤ ਨੂੰ ਪਿਆਰ ਕਰਦਾ ਤੇ ਉਸ ਨਾਲ ਵਿਆਹ ਕਰਾਂਗਾ ਇਸ ਲਈ ਮੈਂ ਪਿੰਕੀ ਨਾਲ ਰਿਸ਼ਤਾ ਨਹੀਂ ਜੋੜ ਸਕਦਾ ਮੈਂ ਜੇ ਵਿਆਹ ਕਰਾਂ ਤਾਂ ਸਿਰਫ ਪ੍ਰੀਤ ਨਾਲ ਪਰ ਮੈਂ ਫੈਸਲਾ ਕਰ ਚੁੱਕਿਆ ਹਾਂ ਕਿ ਤੇਰਾ ਰਿਸ਼ਤਾ ਪਿੰਕੀ ਨਾਲ ਹੀ ਹੋਏਗਾ ਤੇ ਅੱਜ ਹੀ ਹੋਏਗਾ ਪਾਪਾ ਮੈਂ ਬਰਬਾਦ ਹੋ ਜਾਵਾਂਗਾ ਤੇ ਹੋ ਜਾ ਫਿਰ ਮੈਂ ਤਾਂ ਆਪਣੇ ਖਾਨਦਾਨੀ ਕੰਗਰ ਪਾ ਕੇ ਪਿੰਕੀ ਨੂੰ ਆਪਣੀ ਨੂੰ ਮੰਨ ਚੁੱਕੀ ਹਾਂ ਹੁਣ ਫੈਸਲਾ ਤੇਰੇ ਹੱਥ ਚ ਹੈ ਲਓ ਜੀ ਅੱਜ ਤੁਹਾਡੀਆਂ ਦਿੱਤੀਆਂ ਹੋਈਆਂ ਵੰਗਾਂ ਪਾ ਹੀ ਲਈਆਂ ਮੈਂ ਤੇ ਅੱਜ ਮੇਰਾ ਲਾਲ ਵੰਗਾ ਪਾਉਣ ਦਾ ਚਾਅ ਵੀ ਪੂਰਾ ਹੋ ਗਿਆ ਬਸ ਬਸ ਤੁਸੀਂ ਮੇਰਾ ਸਾਥ ਦੇਣਾ ਤੇ ਮੇਰੇ ਇਸ ਚਾਅ ਨੂੰ ਕਦੇ ਘੱਟ ਨਾ ਹੋਣ ਦੇਣਾ ਮੈਨੂੰ ਵੀ ਸੌਂ ਹੈ ਤੁਹਾਡੀ ਹਮੇਸ਼ਾ ਤੁਹਾਡਾ ਸਾਥ ਦੇਵਾਂਗੀ ਸਦਾ ਤੁਹਾਡੇ ਨਾਲ ਰਵਾਂਗੀ ਮੇਰੇ ਬੱਚੇ ਕੁਛ ਸੋਚ ਤੂੰ ਫੈਸਲਾ ਕਰਨਾ ਮੇਰੇ ਬੱਚੇ ਤੂੰ ਕਰਨਾ ਮੇਰਾ ਫੈਸਲਾ ਇਹੋ ਹੀ ਹੈ ਮੰਮੀ ਕਿ ਜੇ ਮੈਂ ਵਿਆਹ ਕਰਾਂਗਾ ਉਹ ਸਿਰਫ ਪ੍ਰੀਤ ਨਾਲ ਤਾਂ ਫਿਰ ਅੱਜ ਤੋਂ ਬਾਅਦ ਤੇਰੇ ਮਾਂ ਬਾਪ ਤੇਰੇ ਲਈ ਮਰ ਗਏ ਹੁਣ ਸਾਡਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਆਓ ਜੀ ਆ ਚੱਲੀਏ ਬਲਰਾਜ ਕੋਲੋਂ ਮਾਫੀ ਮੰਗ ਲਈਏ ਰੁਕੋ ਪਾਪਾ ਜੇ ਤੁਹਾਡਾ ਆਖਰੀ ਫੈਸਲਾ ਇਹੋ ਹੀ ਹੈ ਤਾਂ ਠੀਕ ਹੈ ਮੈਨੂੰ ਇਹ ਰਿਸ਼ਤਾ ਮਨਜ਼ੂਰ ਹੈ
ਜਿਉਂਦੀ ਰਹੇ। ਪਿੰਕੀ ਪੁੱਤਰ, ਹੁਣ ਤਾਂ ਤੂੰ ਸਾਡੇ ਕੋਲ ਇੰਦਰ ਦੀ ਅਮਾਨਤ ਬਣ ਕੇ ਰਹੇਗੀ। ਮੰਮੀ ਜੀ, ਬਾਊ ਜੀ, ਮੈਂ ਅੱਜ ਤੁਹਾਡੇ ਤੋਂ ਕੁਝ ਮੰਗਣਾ ਚਾਹੁੰਦੀ ਹਾਂ। ਮੰਗ ਪੁੱਤਰ, ਤੇਰੇ ਲਈ ਤਾਂ ਜਾਨ ਵੀ ਹਾਸਰ ਹੈ। ਮੈਂ ਇੱਕ ਵਾਰ ਤੁਹਾਡੀ ਦੋਵਾਂ ਦੇ ਪੈਰਾਂ ਨੂੰ ਹੱਥ ਲਾਉਣਾ ਚਾਹੁੰਦੀ ਹਾਂ। ਨਾ ਪੁੱਤਰ, ਨਾ, ਧੀਆਂ ਪੈਰਾਂ ਨੂੰ ਹੱਥ ਨਹੀਂ ਲਾਉਂਦੀਆਂ ਮਾਪਿਆਂ ਦੇ। ਧੀਆਂ ਤੇ ਮਾਪਿਆਂ ਦੀ ਜੇਕਰ ਤਾਂ ਟੁਕੜਾ ਹੁੰਦੀਆਂ। ਨਾ ਬਾਊ ਜੀ, ਤੁਸੀਂ ਪਹਿਲਾਂ ਵੀ ਮੈਨੂੰ ਇਹੀ ਕਹਿ ਕੇ ਰੋਕਿਆ ਸੀ ਤੇ ਅੱਜ ਵੀ। ਇਸੇ ਕਰਕੇ ਤਾਂ ਕਹਿੰਦਾ ਮੈਂ ਕਿ ਧੀਆਂ ਮਾਪਿਆਂ ਦੇ ਜਿਲ੍ਹਾ ਵਿੱਚ ਵਸਦੀਆਂ ਨੇ। ਵੀਰ ਜੀ, ਚਲੋ ਹੁਣ ਸਾਰੇ ਰਾਹ ਦੇਖ ਰਹੇ ਹੋਣਗੇ। ਚਲੋ ਅਬਦਰ, ਜੀਜਾ ਜੀ ਆ ਗਈ ਸਾਡੀ ਦੀਦੀ। ਜੀਜਾ ਜੀ ਸ਼ਰਮਾ ਗਏ। ਦੇਖਿਆ ਚੰਨ ਦਾ ਟੁਕੜਾ ਲੱਗ ਰਹੀ ਆ। ਕਿਸੇ ਦੀ ਨਜ਼ਰ ਨਾ ਲੱਗੇ, ਪਰਮਾਤਮਾ ਨੇ ਜੋੜੀ ਵੀ ਬੜੀ ਸੋਹਣੀ ਬਣਾਈ ਹੈ। ਮੁੰਡਾ ਵੀ ਤਾਂ ਹੀਰੇ ਵਰਗਾ ਲੱਭਿਆ ਸੀ।
ਜੇ ਕਿਤੇ ਰਿਸ਼ਤਾ ਮੈਂ ਕਰਾਇਆ ਹੁੰਦਾ ਬੱਲੇ ਬੱਲੇ ਹੋਣੀ ਸੀ। ਹੁਣ ਤਾਂ ਹਰ ਪਾਸੇ ਕਰਮ ਸਿਓ ਧਰਮ ਸਿਓ। ਚੱਲ ਰੱਬ ਰੰਗ ਭਾਗ ਲਾਵੇ, ਮੁੰਡੇ ਦਾ ਰਿਸ਼ਤਾ ਤਾਂ ਹੁਣ ਮੈਂ ਹੀ ਕਰਾਉਂਗੀ। ਨੀ ਚੰਗਾ ਚੰਗਾ ਤੂੰ ਹੀ ਕਰਾ ਲਈ, ਵਹੁਟੀ ਦੇਖੀ ਚੰਨ ਵਰਗੀ ਹੋਊਗੀ, ਲੋਕੀ ਖੜਖੜ ਦੇਖਣਗੇ। ਧਰਮ ਸਿਆਂ ਕੀ ਗੱਲ ਹੈ, ਤੂੰ ਬਾਹਰ ਕਿਉਂ ਆ ਗਿਆ? ਕੁਛ ਨਹੀਂ, ਮੈਂ ਤਾਂ ਵੈਸੇ ਬਾਹਰ ਆ ਗਿਆ, ਆ ਚੱਲ ਅੰਦਰ ਚਲੀਏ। ਰੁਕ ਜਾ, ਤੂੰ ਮੈਥੋਂ ਕੀ ਲੁਕਾ ਰਿਹਾ? ਆਪਣੀ ਯਾਰ ਕੋਲੋਂ? ਨਹੀਂ ਯਾਰ, ਇਹੋ ਜਿਹੀ ਕੋਈ ਗੱਲ ਨਹੀਂ, ਆ ਚਲੀਏ। ਇੱਧਰ ਦੇਖ, ਮੇਰੇ ਕੋਲ ਇੱਧਰ ਦੇਖ, ਮੇਰੀਆਂ ਅੱਖਾਂ ਵਿੱਚ ਦੇਖ, ਕਹਿ ਦੇ ਕਿ ਤੂੰ ਪਿੰਕੀ ਨੂੰ ਸ਼ਗਨਾਂ ਦੇ ਜੋੜੇ ਵਿੱਚ ਦੇਖ ਕੇ ਪਰੇਸ਼ਾਨ ਨਹੀਂ ਹੋਇਆ? ਕਹਿ ਦੇ ਕਿ ਤੂੰ ਹੁਣੇ ਹੁਣੇ ਰੋ ਕੇ ਨਹੀਂ ਹਟਿਆ, ਬੋਲਦਾ ਕਿਉਂ ਨਹੀਂ? ਹਾਂ ਤੂੰ ਠੀਕ ਹੈ ਨਾ ਯਾਰ, ਬਦਰਾਜ ਰੋਣ ਦਾ ਕੀ ਹੈ, ਇਹ ਤਾਂ ਆ ਹੀ ਜਾਂਦਾ। ਜਿਸ ਬੱਚੀ ਨੂੰ ਮੈਂ ਆਪਣੀ ਨੂੰਹ ਬਣਾਉਣਾ ਚਾਹੁੰਦਾ ਸੀ, ਉਹਨੂੰ ਅੱਜ ਕਿਸੇ ਹੋਰ ਦੇ ਲੜ ਲੱਗੀ ਦੇਖ ਕੇ ਮਨ 'ਚ ਇੱਕ ਚੀਜ਼ ਉੱਠਦੀ ਹੈ। ਵੈਸੇ ਵੀ ਇਹ ਸਭ ਕੁਝ ਠੀਕ ਹੋਣਾ ਸੀ ਜੇ ਮੈਂ ਅੱਜ ਇੱਥੇ ਵਿਚੋਲਾ ਬਣ ਕੇ ਨਹੀਂ, ਤੇਰਾ ਕੁੜਮ ਬਣ ਕੇ ਆਪਣੇ ਪੁੱਤ ਦਾ ਰਿਸ਼ਤਾ ਲੈ ਕੇ ਆਇਆ ਹੁੰਦਾ। ਇਹ ਸਾਰੀ ਗਲਤੀ ਮੇਰੇ ਪੁੱਤ ਦੀ ਹੈ, ਜਿਹਨੇ ਆਪਣੇ ਪਿਓ ਨੂੰ ਆਪਣੀਆਂ ਨਜ਼ਰਾਂ 'ਚ ਦੇਖ ਦਿੱਤਾ। ਉਹਨੇ ਤੇ ਮੇਰੀ ਪਹਿਲੀ ਤੇ ਆਖਰੀ ਇੱਛਾ ਵੀ ਪੂਰੀ ਨਹੀਂ ਕੀਤੀ ਯਾਰ।
ਮੈਂ ਤੇ ਆਪ ਚਾਹੁੰਦਾ ਸੀ ਕਿ ਪਿੰਕੀ ਦਾ ਵਿਆਹ ਨਾਜ਼ੁਕ ਨਾ ਹੋ ਜਾਵੇ। ਸ਼ਾਇਦ ਮੈਂ ਇਸੇ ਕਰਕੇ ਸ਼ਿਪੋ ਦੇ ਹਰ ਲਿਆਏ ਰਿਸ਼ਤੇ ਨੂੰ ਮਨਾ ਕਰਦਾ ਰਿਹਾ। ਪਤਾ ਨਹੀਂ ਇੱਕ ਨਾ ਇੱਕ ਦਿਨ ਨਵਜੋਤ ਵਾਪਿਸ ਆ ਜਾਵੇ। ਤੇਰੇ ਮੈਂ ਹੋ ਨਹੀਂ ਸਕਿਆ, ਮੈਨੂੰ ਮਾਫ ਕਰੀ ਤਰਨ ਸਿਆ। ਮੈਂ ਜ਼ਿਆਦਾ ਨਵਜੋਤ ਦਾ ਇੰਤਜ਼ਾਰ ਕਰ ਨਹੀਂ ਸਕਿਆ। ਨਾ ਯਾਰ, ਇਹ ਕੀ ਕਹੀ ਜਾਂਦਾ ਤੂੰ? ਇਹ ਗਲਤੀ ਸਾਰੀ ਮੇਰੇ ਪੁੱਤ ਦੀ ਆ। ਮੇਰੀ ਵਜ੍ਹਾ ਕਰਕੇ ਤੂੰ ਸ਼ਿਬੋ ਭਾਬੀ ਦੀਆਂ ਕੀ ਗੱਲਾਂ ਨਹੀਂ ਸੁਣੀਆਂ? ਬਦਰਾਜ ਯਾਰ, ਕੁਛ ਵੀ ਹੈ, ਤੂੰ ਮਨ ਚ ਕਦੇ ਨਾ ਸੋਚੀ ਕਿ ਮੈਂ ਇਸ ਰਿਸ਼ਤੇ ਤੋਂ ਖੁਸ਼ ਨਹੀਂ ਹਾਂ। ਓਏ, ਮੈਂ ਕਿਵੇਂ ਸੋਚ ਸਕਦਾ ਹੈ ਮੇਰੇ ਨਾਲੋਂ ਵੱਧ ਤੂੰ ਖੁਸ਼ ਹੈ? ਮੁੰਡਾ ਤੂੰ ਲੱਭਿਆ, ਰਿਸ਼ਤਾ ਤੂੰ ਕਰਵਾ ਰਿਹਾ, ਮੈਂ ਐਵੇਂ ਫਾਲਤੂ ਗੱਲ ਕਿਵੇਂ ਸੋਚ ਸਕਦਾ? ਓਏ ਯਾਰਾ, ਰਿਸ਼ਤੇਦਾਰੀ ਦੇ ਵਿੱਚ ਤੂੰ ਤੜਕ ਹੋ ਸਕਦੀ ਹੈ, ਪਰ ਯਾਰੀ ਵਿੱਚ ਤੇ ਜੇ ਤੁਹਾਡੇ ਗਿਲੇ ਸ਼ਿਕਵੇ ਦੂਰ ਹੋ ਗਏ ਤਾਂ ਆਪਾਂ ਅੰਦਰ ਚਲੀਏ, ਸਾਰੇ ਤੁਹਾਡੇ ਬਾਰੇ ਪੁੱਛ ਰਹੇ ਨੇ। ਹਾਂ ਚਲ ਆਓ। ਜੀਜਾ ਜੀ ਸਮਾਈਲ। ਵੇਖਿਆ ਜੀ ਮੰਮੀ ਜੀ, ਇੰਜ ਲੱਗਦਾ ਜਿਵੇਂ ਕਿਸੇ ਨੇ ਬੰਨ ਕੇ ਬਿਠਾਇਆ ਹੋਵੇ। ਮੂੰਹ ਠੀਕ ਕਰੋ ਜੀਜਾ ਜੀ। ਮੰਮੀ ਤੁਸੀਂ ਬਹੁਤ ਸੀ, ਬਹੁਤ ਤੁਹਾਡੀ ਵੀ ਖਿੱਚਦਾ ਮੰਮੀ ਤੁਹਾਡੀ। ਤੇਰੀ ਫੋਟੋ ਵਧੀਆ ਨਹੀਂ ਆਉਂਦੀ, ਤੂੰ ਰਹਿਣ ਦੇ। ਬਸ ਬਹੁਤ ਹੋ ਗਈਆਂ ਤੇਰੀਆਂ ਫੋਟੋਆਂ। ਚਲੋ ਹੁਣ ਕੰਮ ਸ਼ੁਰੂ ਕਰੀਏ। ਆ ਜਾ ਜਾਂਦੀ ਹੈ। ਉਹ ਭਾਗ ਲੱਗੇ ਰਹਿਣ, ਵਿਹੜੇ ਵਿੱਚ ਖੁਸ਼ੀਆਂ ਬਣੀਆਂ ਰਹਿਣ, ਜੋੜੀਆਂ ਸਲਾਮਤ ਰਹਿਣ। ਵੇ ਤੁਸੀਂ ਹੁਣ ਮੰਗਣਾ ਵੀ ਸ਼ੁਰੂ ਕਰ ਦਿੱਤਾ। ਓ ਬੀਬੀ, ਅਸੀਂ ਮੰਗਣ ਨਹੀਂ ਆਏ, ਅੱਜ ਤੇ ਅਸੀਂ ਕੁਝ ਦੇਣ ਆਏ ਆ। ਨਵੀਂ ਜੋੜੀ ਨੂੰ ਦੁਆਵਾਂ। ਚੰਗਾ ਚੰਗਾ, ਬਾਹਰ ਜਾ ਕੇ ਬੈਠੋ, ਬਾਅਦ ਚੋਂ ਦਿਆ ਜੇ। ਨਹੀਂ ਮੰਮੀ, ਇਹਨਾਂ ਨੂੰ ਮੈਂ ਬੁਲਾਇਆ ਏ, ਤੁਸੀਂ ਗਲਤ ਨਾ ਸਮਝੋ, ਇਹ ਵੀ ਬਾਕੀਆਂ ਦੀ ਤਰ੍ਹਾਂ ਮਹਿਮਾਨ ਨੇ। ਚਾਚਾ, ਤੂੰ ਮੰਮੀ ਦੀ ਗੱਲ ਦਾ ਬੁਰਾ ਨਾ ਮੰਨੀ, ਦਰਅਸਲ ਉਹਨਾਂ ਨੂੰ ਪਤਾ ਹੀ ਨਹੀਂ ਸੀ। ਕੋਈ ਗੱਲ ਨਹੀਂ ਧੀਏ, ਅਸੀਂ ਬੀਬੀ ਦੀਆਂ ਗੱਲਾਂ ਦਾ ਗੁੱਸਾ ਨਹੀਂ ਕੀਤਾ। ਏਦਾਂ ਦੀਆਂ ਗੱਲਾਂ ਤਾਂ ਸਾਡੇ ਨਾਲ ਹਰ ਰੋਜ਼ ਹੀ ਹੁੰਦੀਆਂ ਨੇ, ਅਸੀਂ ਗੁੱਸਾ ਬਿਲਕੁਲ ਨਹੀਂ ਮੰਨਿਆ। ਸਾਡੇ ਵੱਡੇ ਬਾਬਿਆਂ ਦੇ ਦਿੱਤੇ ਹੋਏ ਤਵੀਤ ਨੇ। ਆ ਜਾ ਪੁੱਤ, ਸਾਡੇ ਬਾਬਿਆਂ ਦੇ ਦਿੱਤੇ ਹੋਏ ਤਵੀਤ ਨੇ, ਸਾਡਾ ਵੱਡਾ ਪੀਰ ਦੇ ਨੇ। ਤੂੰ ਹੀ ਪਾ ਦੇ ਅੱਗੇ ਹੋ ਕੇ। ਆ ਲੈ ਪੁੱਤ, ਇਹ ਸਾਡੇ ਬਾਬਿਆਂ ਦੇ ਦਿੱਤੇ ਹੋਏ ਤਵੀਜ਼ ਨੇ, ਜਦੋਂ ਤੱਕ ਤੁਹਾਡੇ ਨਾਲ ਰਹਿਣਗੇ ਤੁਸੀਂ ਦੁੱਖ ਤਕਲੀਫਾਂ ਤੋਂ ਬਚੇ ਰਹੋਗੇ। ਚੰਗਾ ਚੰਗਾ,
ਜਾ ਹੁਣ ਉਧਰ ਜਾ ਕੇ ਬੈਠੋ। ਚਲੋ ਚਲੋ ਆ ਜਾ ਆ ਜਾ ਚਾਚਾ ਇਧਰ ਆ, ਇੱਥੇ ਬੈਠ ਆ ਜਾ। ਅੱਜ ਕੁਛ ਗਾਏਗੀ ਨੀ? ਸੁਣਾਵਾਂਗੇ ਨਾ, ਜ਼ਰੂਰ ਸੁਣਾਵਾਂਗੇ, ਮੇਰੀ ਦੀਦੀ ਦੀ ਮੰਗਣੀ ਚ ਹੈ। ਬਾਪੂ ਤੂੰ ਸ਼ੁਰੂ ਕਰ ਪਹਿਲਾਂ। ਗਾਉਣਿਆ ਪੁੱਤ, ਪੁੱਤ ਕੁਝ ਢੋਲਕ ਥਾਪ ਵਾਸਤੇ ਹੋ ਜਾਏ ਤਾਂ ਠੀਕ ਸੌਖਾ ਹੋ ਜਾਂਦਾ ਨਾ। ਹਾਂ ਹਾਂ ਜੈਲੇ। ਹਾਂਜੀ ਦੀਦੀ। ਆਹ ਢੋਲਕ ਫੜਾਈ ਤਾਂ ਲਓ ਜੀ। ਰਜੀ ਆ ਲੈ ਤੇਰੇ ਲਈ। ਹਾਏ ਕਿੰਨੀਆਂ ਸੋਹਣੀਆਂ ਨੇ ਮਿੰਦੋ, ਸੱਚੀ ਬਹੁਤ ਪਿਆਰੀਆਂ ਨੇ ਤਾਂ ਮਿੰਦੋ, ਬਹੁਤ ਸ਼ੁਕਰੀਆ ਤੇਰਾ। ਚਲੋ ਭੈਣ ਜੀ ਲਾਓ ਤੁਸੀਂ ਸ਼ਗਨ ਕੁੜੀ ਮੁੰਡੇ ਨੂੰ। ਲੈ ਬੇਟਾ ਘੜੀ ਸ਼ਗਨਾ ਦੀ ਆਈ ਵੇ ਬਾਬਲ ਬਾਹੀ ਚੂੜੇ ਪੈਗਾਣੇ ਦੋ ਰੂਹਾਂ ਦੇ। ਲਿਆ ਕੱਪੜੇ ਫੜਾ ਮੈਨੂੰ। ਮੁੰਡੇ ਨੂੰ ਚੈਨੀ ਸੋਣੀਏ
ਧਰਮੀ ਬਾਬਲ ਡੋਲੀ ਪਾਇਆ, ਉਹਨੇ ਆਪਣਾ ਫਰਜ਼ ਨਿਭਾਇਆ। ਧੀਆਂ ਧਨ ਬੇਗਾਨਾ ਕਹਿੰਦੇ ਨਾ ਕਿਸੇ ਨੇ ਹੱਕ ਜਿਤਾਇਆ, ਧੀਆਂ ਧਨ ਬੇ